ਸਿਪਾਹੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪਰਬ ਨੂੰ ਸਮਰਪਿਤ ਕੀਰਤਨ ਦਰਬਾਰ ਖਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਵੱਲੋਂ ਸ਼ਨੀਵਾਰ 2 ਨਵੰਬਰ ਨੂੰ ਸ਼ਾਮ 5 ਤੋਂ ਰਾਤ 11 ਵਜੇ ਤੱਕ ਖਾਲਸਾ ਕਾਲਜ ਵਿਖੇ ਕਰਵਾਇਆ ਜਾਏਗਾ। ਭਾਈ ਮਦਨ ਗੋਪਾਲ ਦਿੱਲੀ ਵਾਲੇ, ਭਾਈ ਮਰਦਾਨਾ ਜੀ ਦੇ ਪਰਿਵਾਰ ਦੇ, ਭਾਈ ਲਾਲ ਜੀ ਪਾਕਿਸਤਾਨ, ਭਾਈ ਹਰਜੋਤ ਸਿੰਘ ਜੀ ਜ਼ਖਮੀ, ਭਾਈ ਗੁਰਦੇਵ ਸਿੰਘ ਆਸਟ੍ਰੇਲੀਆ, ਬੀਬੀ ਆਸ਼ੂਪ੍ਰੀਤ ਕੌਰ ਜਲੰਧਰ ਵਾਲੇ, ਭਾਈ ਗਗਨਦੀਪ ਸਿੰਘ ਜੀ ਗੰਗਾਨਗਰ ਵਾਲੇ ਕੀਰਤਨ ਦੀ ਹਾਜ਼ਰੀ ਭਰਨਗੇ। ਫਾਸਟਵੇ ਵੱਲੋਂ ਚੈਨਲ ਨੰਬਰ 998 ਅਤੇ ਚੈਨਲ ਨੰਬਰ 402 'ਤੇ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਸਿੱਧੇ ਪ੍ਰਸਾਰਣ ਤੋਂ ਬਾਅਦ ਸਮਾਗਮ ਦਾ ਸਿੱਧਾ ਪ੍ਰਸਾਰਣ ਕੀਤਾ ਜਾਏਗਾ। ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਸਕੱਤਰ ਰਜਿੰਦਰ ਮੋਹਨ ਸਿੰਘ ਚੀਨਾ ਨੇ ਸਮੂਹ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਵੱਡੀ ਗਿਣਤੀ ਵਿੱਚ ਸਮਾਗਮ 'ਚ ਭਾਗ ਲੈਣ। ਜਿਹੜਾ 550 ਪ੍ਰਕਾਸ਼ ਉਤਸਵ ਹੈ ਉਹਦੇ ਸੰਬੰਧ ਵਿੱਚ ਖਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਜਿਹੜਾ ਹਮੇਸ਼ਾ ਹੀ ਹਰ ਪਾਸੇ ਜਿਹੜੇ ਨੇ ਅੱਗੇ ਵੱਧ ਕੇ ਇਹਨਾਂ ਨੇ ਕੰਮ ਕੀਤੇ ਨੇ, ਚਾਹੇ ਪੰਜਾਬੀ ਸੂਬਾ ਮੋਰਚਾ ਸੀ, ਚਾਹੇ ਫਰੀਡਮ ਸਟਰਗਲ ਹੈ, ਚਾਹੇ ਗੁਰੂ ਸਾਹਿਬਾਨਾਂ ਦੇ ਜਾਂ ਸਿੱਖ ਇਤਿਹਾਸ ਖੋਜ ਕੇਂਦਰ ਹੈ ਉਹ ਅਸੀਂ ਬਣਾਇਆ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਸਾਡੇ ਕਾਲਜ 'ਚ ਰਹਿ ਕੇ ਬਹੁਤ ਕੰਮ ਕੀਤੇ ਨੇ, ਗੁਰੂ ਸਾਹਿਬ ਜੀ ਜਿੰਨੀਆਂ ਰਚਨਾਵਾਂ ਨੇ ਉਹਨਾਂ ਉੱਪਰ। ਅਤੇ ਸੁਸਾਇਟੀ ਨੇ ਫੈਸਲਾ ਕੀਤਾ ਹੈ ਕਿ ਅਸੀਂ 2 ਨਵੰਬਰ ਨੂੰ ਸ਼ਨਿਚਰਵਾਰ ਸ਼ਾਮ ਨੂੰ 5 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਕੀਰਤਨ ਦਰਬਾਰ ਜਿਹੜਾ ਉਹ ਅਸੀਂ ਸੰਗਤਾਂ ਨੂੰ ਇੱਥੇ ਸੁਣਾਵਾਂਗੇ। ਸੋ ਮੇਰੀ ਸਾਰੀ ਸਮੂਹ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਕੀਰਤਨ ਦਰਬਾਰ ਦੇ ਵਿੱਚ ਆਪਣੀਆਂ ਹਾਜ਼ਰੀਆਂ ਭਰੋ, ਪਰਿਵਾਰ ਸਮੇਤ